ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਤਰਨ ਢੁਕਰਾਲ ਦੋਸਤੋ ਗੱਲ ਕੀਤੀ ਜਾਵੇ ਇਸਮ ਸ਼ੌਂਕ ਦੀ ਗੱਲ ਕਰਾਂਗੇ ਤੇ ਗੱਲ ਕਰਾਂਗੇ ਪਟਿਆਲੇ ਸ਼ਹਿਰ ਦੇ ਵਿੱਚ ਹੋਈ ਦੀ ਸ਼ਖਸੀਅਤ ਦੀ ਜਿਸ ਨੇ ਬੇਸ਼ੱਕ ਪੜ੍ਹਾਈ ਨੂੰ ਜ਼ਿਆਦਾ ਐਹਮਤ ਨਹੀਂ ਦਿੱਤੀ ਪਰ ਕਿਤਨਾ ਕਿਤੇ ਬਿਨਾ ਪੜ੍ਹਾਈ ਕੀਤੇ ਜਾਂ ਘੱਟ ਪੜ੍ਹਾਈ ਕੀਤੇ ਵੀ ਇਹੋ ਜਿਹਾ ਦਿਮਾਗ ਲਾਇਆ ਵੀ ਵੱਡੇ ਵੱਡੇ ਜਿਹੜੇ ਇੰਜੀਨੀਅਰ ਨੇ ਉਹ ਵੀ ਫੇਲ ਹੋ ਜਾਣਗੇ ਸ਼ੌਂਕ ਤੋਂ ਆਵਾਂਗੇ ਸਭ ਤੋਂ ਪਹਿਲਾਂ ਇਹ ਸ਼ੌਂਕ ਸ਼ੁਰੂ ਹੋਇਆ ਪੜ੍ਹਾਈ ਦੇ ਵਿੱਚ ਘਰਦਿਆਂ ਨੇ ਪੁੱਛਿਆ ਵੀ ਪੁੱਤਰ ਪੜ੍ਹਾਈ ਕਿੰਨੀ ਕਰੇਗਾ ਅੱਗੇ ਕਰੇਗਾ ਨਹੀਂ ਸਾਡੇ ਇਸ ਮਿੱਤਰ ਨੇ 12ਵੀਂ ਤੱਕ ਪੜ੍ਹਾਈ ਕੀਤੀ ਹੈ ਸ਼ਿਆਰ ਸੀਗਾ ਪਰ ਕਿਤੇ ਨਾ ਕਿਤੇ ਪੜਾਈ ਵਿੱਚ ਅੱਗੇ ਮਨ ਨਾਲ ਟਿਕਣ ਕਰਕੇ ਜਿਹੜੇ ਆ ਬਜ਼ੁਰਗਾਂ ਜਿਹੜਾ ਕੰਮ ਸੀਗਾ ਉਸ ਦੇ ਵਿੱਚ ਆ ਗਿਆ ਬਾਪੂ ਜਿਹੜੇ ਕੰਮ ਕਰਦੇ ਸੀਗੇ ਉਹ ਡੈਂਡਿੰਗ ਬੈਂਡੀ ਦਾ ਕੰਮ ਸੀਗਾ ਬਾਈਕਾਂ ਦਾ ਕੰਮ ਸੀਗਾ ਰਿਪੇਅਰ ਕੀਤੀ ਜਾਂਦੀ ਸੀਗੀ ਤੇ ਉਹਨਾਂ ਦੇ ਕੋਲ ਜਿਹੜਾ ਸਕ੍ਰੈਪ ਇਕੱਠਾ ਹੁੰਦਾ ਸੀਗਾ ਇਸ ਨੌਜਵਾਨ ਨੇ ਉਸ ਸਕ੍ਰੈਪ ਦੇ ਨਾਲ ਇਹੋ ਜੀਆਂ ਚੀਜ਼ਾਂ ਬਣਾਈਆਂ ਨੇ ਵੀ ਤੁਸੀਂ ਦੇਖ ਕੇ 당ਗ ਰਹਿ ਜਾਓਗੇ ਗੱਲ ਕਰਾਂਗੇ ਉਹਨਾਂ ਚੀਜ਼ਾਂ ਦੀ ਤਾਂ ਬਿਲਕੁਲ ਜਿਹੜੇ ਨੱਟ ਕੱਟੇ ਹੁੰਦੇ ਨੇ ਜਾਂ ਬੋਲਟ ਹੁੰਦੇ ਨੇ ਜਾਂ ਹੋਰ ਉਹਨਾਂ ਦੀਆਂ ਵਾਇਰ ਵਗੈਰੇ ਦੀਆਂ ਚੈਨਾ ਖਰਾਬ ਹੁੰਦੀਆਂ ਨੇ ਜਾਂ ਹੋਰ ਜੜੀਆਂ ਕਿ ਚੀਜ਼ਾਂ ਵੇਸਟ ਜਿਹਨੂੰ ਲੋਕ ਲੋਹੇ ਵਿੱਚ ਵੇਚ ਦਿੰਦੇ ਨੇ ਕਵਾੜੀਆਂ ਨੂੰ ਤੋਲ ਕੇ ਵੇਚਤਾ ਜਾਂਦਾ ਪਰ ਉਹਨਾਂ ਚੀਜ਼ਾਂ ਦੇ ਨਾਲ ਇਸ ਨੌਜਵਾਨ ਨੇ ਇਹੋ ਜੀਆਂ ਵਸਤੂਆਂ ਬਣਾਈਆਂ ਵੀ ਲੋਕ ਜਿਹੜੇ ਕਿ ਦੇਖ ਕੇ 당ਗ ਰਹਿ ਜਾਂਦੇ ਨੇ ਵੱਡੇ ਵੱਡੇ ਬੁਲਟ ਜਹਾਜ਼ ਦੇਖੇ ਹੋਣਗੇ ਤੁਸੀਂ ਜਿਹੜੇ ਸੜਕਾਂ ਤੇ ਫਿਰਦੇ ਹੁੰਦੇ ਆਂ ਟੈਂਕ ਦੇਖੇ ਹੋਣਗੇ ਗੱਡੀਆਂ ਜਿਪਸੀਆਂ ਦੇਖੀਆਂ ਹੋਣੀਆਂ ਪਰ ਇਸ ਨੌਜਵਾਨ ਨੇ ਉਹਨਾਂ ਛੋਟੀਆਂ-ਛੋਟੀਆਂ ਚੀਜ਼ਾਂ ਦੇ ਨਾਲ ਇੰਨੀ ਕ੍ਰੀਏਟਿਵਿਟੀ ਦੇ ਹਿਸਾਬ ਦੇ ਨਾਲ ਉਹ ਚੀਜ਼ ਤਿਆਰ ਕੀਤੀ ਹੈ ਵੀ ਲੋਕ ਕਹਿਣਗੇ ਵੀ ਬੇਸ਼ੱਕ ਇਹ ਬੇਸ਼ਕੀਮਤੀ ਚੀਜ਼ਾਂ ਨੇ ਜਿਨ੍ਹਾਂ ਦੀ ਕੋਈ ਕੀਮਤ ਨਹੀਂ ਕੀਤੀ ਜਾ ਸਕਦੀ ਸਾਡੇ ਨਾਲ ਨੌਜਵਾਨ ਨੇ ਗੱਲਬਾਤ ਕਰਾਂਗੇ ਰਵਿਤ ਮਾਨ ਸਾਡੇ ਨਾਲ ਗੱਲਬਾਤ ਕਰਨਗੇ ਰਵੀ ਜੀ ਸਵਾਗਤ ਹੈ ਤੁਹਾਡਾ ਚੈਨਲ ਦੇ ਵਿੱਚ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਵੀ ਜੀ ਸਫਰ ਦੀ ਗੱਲ ਕਰਾਂਗੇ ਜਿਵੇਂ ਤੁਹਾਡੇ ਬਾਰੇ ਜਾਣਕਾਰੀ ਪਤਾ ਲੱਗੀ ਆ ਵੀ ਪੜ੍ਹਾਈ ਦੇ ਵਿੱਚ ਥੋੜਾ ਮਨ ਘਟ ਲੱਗਿਆ ਪਿਤਾ ਜੀ ਵੱਲੋਂ ਪੁੱਛਿਆ ਗਿਆ ਵੀ ਅੱਗੇ ਪੜ੍ਹਾਈ ਕਰਨੀ ਹੈ ਜਾਂ ਨਹੀਂ ਕਰਨੀ ਤੇ ਉਸ ਤੋਂ ਬਾਅਦ ਤੁਹਾਡੇ ਵੱਲੋਂ ਜਵਾਬ ਸੀ ਨਹੀਂ ਜੀ ਮੈਂ ਤਾਂ ਤੁਹਾਡੇ ਨਾਲ ਕੰਮ ਦੇ ਵਿੱਚ ਹੀ ਆਵਾਂਗਾ ਪਰ ਕੰਮ ਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਘੱਸੀ ਵਿਕਿਤ ਤਰੀਕੇ ਨਾਲ ਅਡਜਸਟਮੈਂਟ ਜੜੀ ਆ ਉਹ ਫਾਦਰ ਸਾਹਿਬ ਨਾਲ ਹੋਈ ਦੇਖੋ ਪਹਿਲਾਂ ਸ਼ੁਰੂ ਤੋਂ ਹੀ ਮਤਲਬ ਕਿਹਾ ਵੀ ਸਟੱਡੀ 'ਚ ਥੋੜੇ ਘੱਟ ਸੀਗੇ ਤੇ ਡਰਾਇੰਗ 'ਚ ਇੰਟਰਸਟ ਜ਼ਿਆਦਾ ਸੀਗਾ ਤੇ ਕੁਝ ਮਤਲਬ ਟੂਲ ਪਾਪਾ ਉਹਨਾਂ ਦੇ ਘਰੇ ਵੀ ਪਏ ਨਹੀਂ ਕੰਮ ਕਰਦੇ ਸੀਗੇ ਕੋਈ ਕਾਰਪੈਂਟਰ ਆ ਗਿਆ ਜਾਂ ਪਲੰਬਰ ਆ ਗਿਆ ਤਾਂ ਕੋਈ ਵੀ ਕੰਮ ਕਰਨਾ ਆਉਂਦਾ ਸੀਗਾ ਤਾਂ ਮਾਨੂੰ ਦੇਖਦਾ ਰਹਿੰਦਾ ਸੀਗਾ ਉਹ ਕੀ ਟੂਲ ਯੂਜ਼ ਕਰਦੇ ਨੇ ਤੇ ਕਿਦਾਂ ਕੰਮ ਕਰਦੇ ਨੇ ਤੇ ਬਸ ਪਲੱਸ 2 ਤੋਂ ਬਾਅਦ ਪਾਪਾ ਨੇ ਉਹਨਾਂ ਨੇ ਪੁੱਛਿਆ ਯਾਰ ਕੀ ਕਰਨਾ ਹੈ ਗੇਮਾ ਗਈ ਮੈਂ ਤਾਂ ਸ਼ਾਪ ਤੇ ਆ ਰਹੇ ਹਾਂ ਤੇ ਕੰਮ ਹੀ ਕਰਾਂਗਾ ਜੀ ਬਿਲਕੁਲ ਜੀ ਸੋ ਇੱਕ ਵਾਰ ਸਭ ਤੋਂ ਪਹਿਲਾਂ ਇਹਨਾਂ ਦੀ ਜਾਣਕਾਰੀ ਦਿੱਤੀ ਹੈ ਤਾਂ ਉਸ ਤੋਂ ਵਿਚਾਰ ਤੋਂ ਇੱਕ ਵਾਰੀ ਚੀਜ਼ਾਂ ਦਿਖਾਉਣਾ ਚਾਹੁੰਦਾ ਵੀ ਇਹਨਾਂ ਨੇ ਕੀ ਕੀ ਕ੍ਰੀਏਟਿਵਿਟੀਆਂ ਦਿਖਾਈਆਂ ਨੇ ਕੈਮਰਾਮੈਨ ਨੂੰ ਕਹਾਂਗਾ ক্লোਜ਼ ਕਰਕੇ ਦਿਖਾਣਗੇ ਵਿੱਚ ਸਾਫ਼ ਸਿਰ ਨਟ ਬੋਲਟ ਤੇ ਹੋਰ ਜੜੀਆਂ ਸਕ੍ਰੈਪ ਚੀਜ਼ਾਂ ਦੇ ਨਾਲ ਇਹ ਚੀਜ਼ਾਂ ਬਣਾਈਆਂ ਗਈਆਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਵੀ ਕਿਸ ਤਰੀਕੇ ਨਾਲ ਇੱਕ ਬੁਲਟ ਬਣਾਇਆ ਗਿਆ ਜੋ ਕਿ ਇੱਕ ਸੜਕਾਂ ਦੇ ਉੱਪਰ ਤੁਰਦੇ ਨੇ ਤਾਂ ਲੋਕ ਜ਼ਰੂਰ ਦੇਖਦੇ ਨੇ ਇਹਨਾਂ ਚੀਜ਼ਾਂ ਨਾਲ ਇੱਕ ਕ੍ਰੀਏਟੀਵਿਟੀ ਕੀਤੀ ਗਈ ਹੈ। ਇਹ ਚੀਜ਼ ਤੁਸੀਂ ਦੇਖ ਸਕਦੇ ਹੋ ਕਿੰਨਾ ਬ੍ਰਿੱਕੀ ਦਾ ਕੰਮ ਹੈ। ਜਿਹੜਾ ਬਾਕੋਬੀ ਨਹੀਂ ਪਾਇਆ ਗਿਆ ਤੇ ਇਸ ਦੇ ਵਿੱਚ ਸਾਫ਼ ਤੌਰ ਤੇ ਜਿਹੜੀ ਉਹ ਚੀਜ਼ ਪੇਸ਼ ਕੀਤੀ ਗਈ ਹੈ ਜੋ ਇਹ ਦਿਖਾਣਾ ਚਾਹੁੰਦੇ ਸਨ। ਜਿਸ ਤਰੀਕੇ ਨਾਲ ਪਿੱਛੇ ਸਕ੍ਰੈਪ ਦੇ ਵਿੱਚ ਜਿਪਸੀਆਂ ਬਣਾਈਆਂ ਗਿਆ ਨੇ ਚੇਤਕ ਜਿਹੜਾ ਕਿ ਇਹ ਸਕੂਟਰ ਬਣਾਇਆ ਗਿਆ ਕਿਹਾ ਜਾਂਦਾ ਵੀ ਇਸ ਦੇ ਉੱਪਰ ਮਿਹਨਤ ਜਿਹੜੀ ਕਿ ਬਹੁਤ ਜ਼ਿਆਦਾ ਲੱਗੀ ਸੀ ਇਹਨਾਂ ਦੀ ਤੇ ਇਸ ਤੋਂ ਇਲਾਵਾ ਹੋਰ ਜਿਹੜੇ ਮੋਟਰਸਾਈਕਲ ਜਿਹੜੇ ਮਾਡਲ ਆਉਂਦੇ ਨੇ ਜਾਂ ਆਉਣੇ ਬੰਦ ਹੋ ਗਏ ਨੇ ਉਹਨਾਂ ਨੂੰ ਯਾਦਗਾਰ ਦੇ ਵਿੱਚ ਇਹੋ ਚੀਜ਼ਾਂ ਬਣਾਈਆਂ ਨੇ ਜਿਹੜੀਆਂ ਕਿ ਲੋਕ ਦੇਖ ਕੇ 당ਗ ਰਹੇ ਨੇ ਇੰਨਾ ਜਿਹੜਾ ਕਿ ਬ੍ਰਿੱਕੀ ਕੰਮ ਇਸ ਤਰੀਕੇ ਨਾਲ ਕੀਤਾ ਹੋਏਗਾ ਸਕ੍ਰੈਪ ਦੇ ਵਿੱਚ ਯੂਜ਼ ਕਰਨ ਵਾਲੀ ਚੀਜ਼ ਭਾਵੇਂ ਕੋ ਨਟ ਹੈ ਭਾਵੇਂ ਕੋਈ ਬੋਲਟ ਹੈ ਜਾਂ ਭਾਵੇਂ ਹੋਰ ਚੀਜ਼ਾਂ ਜਿਹੜੀਆਂ ਭਾਵੇਂ ਉਹ ਚੈਨਾ ਦੀ ਗੱਲ ਕੀਤੀ ਜਾਵੇ ਬਾਈਕ ਦੀਆਂ ਚੈਨ ਜਿਹੜੀਆਂ ਖਰਾਬ ਹੋ ਚੁੱਕੀਆਂ ਨੇ ਉਹਨਾਂ ਦੇ ਨਾਲ ਵੀ ਜਿਹੜੀ ਕ੍ਰੀਏਟੀਵਿਟੀ ਗੱਲਬਤ ਕਰਾਂਗੇ ਰਵੀ ਜੀ ਨਾਲ ਇੱਕ ਵਾਰੀ ਫੇਰ ਰਵੀ ਸਫਰ ਦੀ ਸ਼ੁਰੂਆਤ ਕਿਤੋਂ ਹੋਈ ਹੈ ਕਿਦਾਂ ਦਿਮਾਗ ਚ ਆਇਆ ਵੀ ਆਪਾਂ ਇਹ ਚੀਜ਼ ਨਾਲ ਸ਼ੁਰੂ ਕਰੀਏ ਤੇ ਜਿਹੜੀ ਕਿ ਟਾਈਮ ਜਿਹੜਾ ਕਿ ਬਚਦਾ ਹੈ ਕੰਮ ਕਰ ਕਰਨ ਤੋਂ ਬਾਅਦ ਉਹ ਇੱਥੇ ਲਗਾਇਆ ਜਾਵੇ ਸ਼ੁਰੂਆਤ ਐਦਾਂ ਹੀ ਕਿ ਉਸ ਤੋਂ ਬਾਅਦ ਮੈਂ ਜਦੋਂ ਇੱਥੇ ਸ਼ਾਪ ਤੇ ਆਇਆ ਜੀ ਪਾਪਾ ਉਹਨਾਂ ਨਾਲ ਮੈਨੂੰ ਵੀ ਨਹੀਂ ਪਤਾ ਸੀਗਾ ਸੀ ਕੀ ਕੰਮ ਕਰਦੇ ਨੇ ਤੇ ਜਦੋਂ ਮੈਂ ਇੱਥੇ ਆਇਆ ਤਾਂ ਮੈਨੂੰ ਪਤਾ ਲੱਗਿਆ ਕਿ ਅਸੀਂ ਟੂ wheeler ਅਲਾਈਨਮੈਂਟ ਦਾ ਐਕਸੀਡੈਂਟ ਜੌਬ ਦਾ ਕੰਮ ਹੈ ਤਾਂ ਉਰੇ ਅੱਗੇ ਜਿਹੜੇ ਮੈਂ ਟੂਲ ਵੀ ਦੇਖੇ ਉਹ ਪਾਪਾ ਉਹਨਾਂ ਦੇ ਹੈਂਡ ਮੇਡ ਸੀਗੇ ਤੇ ਮੈਂ ਉਹ ਦੇਖੇ ਤਾ ਉਹ 72 80% ਜਿਹੜੇ ਟੂਲ ਨੇ ਉਹ ਹੈਂਡ ਮੇਡ ਹੈ ਸਾਡੇ ਤਾਂ ਉਹਨਾਂ ਨੂੰ ਉਹਨਾਂ ਦੇ ਨੂੰ ਸਮਝਣਾ ਤੇ ਉਹਨਾਂ ਨਾਲ ਕੰਮ ਕਰਨਾ ਉਹਦੇ ਲਈ ਮੈਨੂੰ ਥੋੜਾ ਟਾਈਮ ਪੀਰੀਅਡ ਜ਼ਿਆਦਾ ਲੱਗਿਆ ਸੀਗਾ ਤੇ ਮੈਨੂੰ ਮਤਲਬ ਡੇਢ ਦੋ ਸਾਲ ਲੱਗੇ ਸੀਗੇ ਤੇ ਜਦੋਂ ਡੇਢ ਸਾਲ ਬਾਅਦ ਥੋੜਾ ਜਿਹਾ ਮੈਨੂੰ ਵੀ ਹੋਇਆ ਕਿ ਯਾਰ ਮੈਂ ਸ਼ੌਪ ਤੇ ਆਣਾ ਤੇ ਮਤਲਬ ਵੀ ਕੁਝ ਕੰਮ ਕਰਦਾ ਨਹੀਂ ਹੈਗਾ ਵੀ ਸਿਰਫ ਆਲੇ ਸਿੱਖੀ ਰਹਿ ਆ ਵੀ ਸਮਝੀ ਜਾਣਾ ਹੈ ਤੇ ਉਸ ਤੋਂ ਬਾਅਦ ਇੱਕ ਮਾਈਂਡ ਦੇ ਵਿੱਚ ਆਇਆ ਯਾਰ ਕਿ ਇੱਕ ਮੈਂ ਗ੍ਰਿੱਲ ਦੇ ਵਿੱਚ ਨਾ ਜੀ ਫਲਾਵਰ ਲੱਗਿਆ ਹੋਇਆ ਦੇਖਿਆ ਸੀਗਾ ਲੋਹੇ ਦਾ ਉਹ ਕੀ ਸੀਗਾ ਇੱਕ ਸਿਰਫ ਇੱਕ ਸਰੀਆ ਦੇ ਉੱਤੇ ਸਿਰਫ ਚਾਰ ਪੱਤੀਆਂ ਲਗਾ ਕੇ ਹੀ ਉਹਨੂੰ ਫੁੱਲ ਦੀ ਸ਼ਕਲ ਦਿੱਤੀ ਹੋਈ ਸੀਗੀ ਹਾਂਜੀ ਤਾਂ ਉਸ ਤੋਂ ਬਾਅਦ ਜਿਹੜੀ ਮਾਈਂਡ ਦੇ ਵਿੱਚ ਆਇਆ ਕਿ ਯਾਰ ਮੈਂ ਇਹ ਫੁੱਲ ਬਣਾਵਾਂਗਾ ਪਰ ਕੋਸ਼ਿਸ਼ ਕਰਾਂਗਾ ਕਿ ਸ਼ਾਪ ਦੇ ਵਿੱਚੋਂ ਮਟੀਰੀਅਲ ਮਿਲ ਜਵੇ ਤੇ ਮੈਂ ਉਹਨੂੰ ਪੂਰੀ ਡਿਟੇਲਿੰਗ ਚ ਬਣਾਵਾਂਗਾ ਫੁੱਲ ਤੁਹਾਡੇ ਕੋਲ ਪਿਆ ਜਿਹੜਾ ਦਿਖਾਣਾ ਚਾਹੋਗੇ ਜਿਹੜਾ ਅਸੀਂ ਡਿਟੇਲਿੰਗ ਦਾ ਬਣਾਇਆ ਹਾਂਜੀ ਮੈਂ ਦਰਸ਼ਕਾਂ ਨੂੰ ਦਿਖਾਣਾ ਚਾਹਾਂਗਾ ਜੀ ਕੀ ਇਹ ਜਿਹੜਾ ਫਰਸਟ ਜੀਗਾ ਐਥੋਂ ਸਟਾਰਟਿੰਗ ਸੀਗੀ ਮੇਰੇ ਆਰਟ ਦੀ ਤਾਂ ਇਹ ਫਰਸਟ ਫਲਾਵਰ ਸੀਗਾ ਤੇ ਮੈਂ ਕੋਸ਼ਿਸ਼ ਕਰੀ ਸੀਗੀ ਕਿ ਇੱਕ ਤਾਂ ਆਪਣਾ ਰਾਸ਼ਟਰੀ ਫੁੱਲ ਹੈਗਾ ਜੀ ਗੁਰ ਰੋਜ਼ ਦਾ ਤਾਂ ਮੈਂ ਗੁਲਾਬ ਹੀ ਬਣਾਵਾਂਗਾ ਬਿਲਕੁਲ ਬਿਲਕੁਲ ਜਿਨੇ ਕਿ ਗ੍ਰਿਲਾਂ ਵਿੱਚ ਤਾਂ ਬਿਲਕੁਲ ਸਿੰਪਲ ਸੀਗਾ ਪਰ ਭਰਾ ਸਾਡੇ ਨੇ ਬਿਲਕੁਲ ਡਿਟੇਲਿੰਗ ਦੇ ਨਾਲ ਕੰਮ ਕੀਤਾ ਹੋਇਆ ਹੈ ਕਲਰ ਦਿੱਤਾ ਤੇ ਜਿਹੜਾ ਸਕ੍ਰੈਬ ਦੇ ਚੀਜ਼ਾਂ ਮਿਲਦੀਆਂ ਉਸ ਦੇ ਨਾਲ ਇਹ ਚੀਜ਼ ਕ੍ਰੀਏਟ ਕੀਤੀ ਹੋਈ ਹੈ ਇਹ ਹੀ ਚੀਜ਼ ਨੇ ਪਾਜੀ ਹੋਰ ਕੁਝ ਇਹੋ ਜਿਹੀ ਚੀਜ਼ ਜਿਹਨੇ ਬਣਾਉਣ ਤੋਂ ਉਹਨੂੰ ਮਿਹਨਤ ਵੀ ਬਹੁਤ ਲੱਗੀ ਹੋਵੇ ਤੇ ਆਪਣੇ ਆਪ ਨੂੰ ਵੀ ਇੱਕ ਵਾਰੀ ਹੋਇਆ ਹੋਵੇ ਚੁਕਣਾ ਵੀ ਵਾਕੀ ਯਾਰ ਮੈਂ ਇਹ ਚੀਜ਼ ਵੀ ਬਣਾਤੀ ਐ ਕੋਈ ਇਹੋ ਜਿਹੀ ਚੀਜ਼ ਹੋਵੇ ਹੋਰੇ ਇਹੋ ਜਿਹੀ ਚੀਜ਼ ਹੈਗੀ ਐ ਜੀ ਉਹ ਹੈਗਾ ਜੀ ਸਕੂਟਰ ਤੇ ਇਸ ਤੋਂ ਬਾਅਦ ਮਤਲਬ ਮੈਂ ਕਈ ਮਾਡਲ ਬਣਾਏ ਜੀ ਬਾਈਕ ਦੇ ਮਾਡਲ ਬਣਾਏ ਬਾਈਕ ਦੀਆਂ ਪਿੱਕਾਂ ਆਈਆਂ ਹਾਂਜੀ ਮੈਂ ਦਰਸ਼ਕਾਂ ਨੂੰ ਸਕੂਟਰ ਦਿਖਾਉਣਾ ਚਾਹਾਂਗਾ ਜੀ ਤੇ ਮੇਰੇ ਇਸ ਵਿੱਚ ਮੇਰੇ ਬ੍ਰਦਰ ਨੇ ਮੈਨੂੰ ਬਹੁਤ ਜ਼ਿਆਦਾ ਮੋਟੀਵੇਟ ਕੀਤਾ ਜੀ ਕਿ ਇਹ ਤੂੰ ਐਨਾ ਕੁਝ ਮਾਡਲ ਬਣਾ ਲਏ ਬਾਈਕ ਬਣਾ ਲਿਆ ਗੱਡੀ ਬਣਾ ਲਈ ਤੇ ਕਹਿੰਦੇ ਹੁਣ ਸਕੂਟਰ ਬਣਾ ਤੇ ਦਰਸਲ ਇਹ ਹੈ ਕਿ ਥੋੜਾ ਜਿਹਾ ਸਾਡੇ ਕੋਲ ਸਕੂਟਰ ਦਾ ਸਾਨੂੰ ਵੀ ਸ਼ੌਂਕ ਸੀ ਹੈ ਕਿ ਸਾਡੇ ਕੋਲ ਵੀ 83 ਮਾਡਲ ਜੇ ਤੱਕ ਆਈ ਬਿਲਕੁਲ ਹਾਂਜੀ ਤੇ ਬ੍ਰਾਦਰ ਕਹਿੰਦਾ ਯਾਰ ਤੇਰੇ ਕੋਲ ਸਕੂਟਰ ਆਏਗਾ ਤੂੰ ਇਹਨੂੰ ਦੇਖ ਕੇ ਬਣਾ ਲੈ ਤੇ ਮੈਂ ਕਹਾ ਨਹੀਂ ਯਾਰ ਇਹ ਨਹੀਂ ਬਣਨਾ ਹੈਗਾ ਤੇ ਉਹ ਕਹਿੰਦਾ ਕਿਉਂ ਨਹੀਂ ਬਣਨਾ ਮੈਂ ਕਹਾ ਕਿਉਂਕਿ ਸਕੂਟ੍ਰਿਕ ਐ ਐਸੀ ਚੀਜ਼ ਹੈ ਆਪਾਂ ਸਕੂਟਰ ਕਹਿ ਸਕਦੇ ਗੱਡੀ ਕਹਿ ਸਕਦੇ ਕਿ ਉਹਦੇ ਚ ਆਪਾਂ ਕੋਈ ਆਪਾਂ ਪਾਰਟਸ ਲੈ ਕੇ ਉਹਨੂੰ ਆਪਾਂ ਉਹਦੀ ਮਤਲਬ ਉਹਨੂੰ ਕੰਪਲੀਟ ਨਹੀਂ ਕਰ ਸਕਦੇ ਕਿ ਆਪਾਂ ਇਹਦੇ ਵੀ ਕੋਈ ਵੀ ਮਤਲਬ ਕਬਾੜ ਦੇ ਵਿੱਚੋਂ ਕੋਈ 파ਰਸ ਲੈ ਕੇ ਨਹੀਂ ਆਪਾਂ ਇਹਨੂੰ ਲਗਾ ਸਕਦੇ ਇਹਦੇ ਜਿਹੜੇ 파ਰਟ ਨੇ ਉਹ ਹੈਂਡ ਮੇਡ ਬਣਾਣੇ ਹੀ ਪੈਣਗੇ ਉਹ ਉਸ ਚੀਜ਼ ਨੂੰ ਕ੍ਰੀਏਟ ਕਰਨਾ ਪੈਂਦਾ ਕਬਾੜ ਦੇ ਵਿੱਚੋਂ ਲੱਭ ਕੇ ਵੀ ਉਹਨੂੰ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਕਾਫੀ ਜਦਾ ਡਿਟੇਲਿੰਗ ਜਿਹੜੀ ਹੈ ਇਸ ਚੀਜ਼ ਵਿੱਚ ਦਿੱਤੀ ਪਈ ਹੈ ਵੀ ਕੱਲੀ-ਕੱਲੀ ਚੀਜ਼ ਭਾਵੇਂ ਉਹ ਫੁੱਟ ਰੈਸ ਦੀ ਗੱਲ ਕੀਤੀ ਜਾਵੇ ਗੱਦੀ ਦੀ ਗੱਲ ਕੀਤੀ ਜਾਵੇ ਹੈਂਡਲ ਦੀ ਗੱਲ ਕੀਤੀ ਜਾਵੇ ਟਾਇਰਾਂ ਦੀ ਗੱਲ ਕੀਤੀ ਹੈ ਬਹੁਤ ਜਿਆਦਾ ਡਿਟੇਲਿੰਗ ਕੋਈ ਇੰਨੀ ਗੱਲ ਕਹਿ ਨਹੀਂ ਸਕਦਾ ਵੀ ਇਹ ਇੱਕ ਕਿਸੇ ਬਿਨਾਂ ਕਿਸੇ ਸਿਖਾਈ ਤੋਂ ਬਿਨਾਂ ਕਿਸੇ ਟ੍ਰੇਨਿੰਗ ਲਿੱਤੇ ਤੋਂ ਜਾਂ ਕਿਸੇ ਇੰਜੀਨੀਅਰ ਨਾ ਹੋਣ ਦੇ ਨਾਤੇ ਬੰ ਇਹ ਚੀਜ਼ ਤਿਆਰ ਕੀਤੀ ਆ ਭਾਜੀ ਬਹੁਤ ਹੀ ਬਾਕੂਬੀ ਚੀਜ਼ ਬਣਾਈ ਹੈ ਹੋਰ ਕੁਝ ਜਿਹੜੇ ਸਾਰੇ ਪਾਰਟ ਨੇ ਨਹੀਂ ਉਹ ਸ਼ੀਟ ਦੇ ਵਿੱਚੋਂ ਕਟਿੰਗ ਕਰਕੇ ਹੀ ਮੰਨੂ ਬਣਾਣੇ ਪੈਣੇ ਸੀ ਤੇ ਬ੍ਰਦਰ ਨੇ ਕਹਿੰਦਾ ਯਾਰ ਤੂੰ ਬਣਾ ਤਾਂ ਸਹੀ ਕਹਿੰਦੇ ਚੱਲ ਕੋਈ ਨਹੀਂ ਖਰਾਬ ਹੀ ਹੋਏਗਾ ਕੋਈ ਚੱਕਰ ਨਹੀਂ ਪਰ ਮਿਹਨਤ ਦਾ ਕਰ ਦੂ ਤੇ ਫਿਰ ਮੈਂ ਬਣਾਇਆ ਜੀ ਤੇ ਮੈਕਸਿਮਮ ਕੋਸ਼ਿਸ਼ ਕੀਤੀ ਆ ਕਿ ਇਹਦਾ ਹੈਂਡਲ ਘੁੰਮਦਾ ਹੀ ਵਾਹ ਜੀ ਹਾਂਜੀ ਸ਼ੀਟ 'ਚ ਸਪ੍ਰਿੰਗ ਆ ਜੀ ਤੇ ਇਹਦੀਆਂ ਸ਼ੀਲਡਾਂ ਵੀ ਉਤਰਦੀਆਂ ਨੇ ਜੀ ਸੋ ਬੇਕੁਲ ਦੇਖੋ ਜੀ ਉਹ ਵੀ ਤੁਹਾਨੂੰ ਥੋੜਾ ਕਲੋਜ਼ ਕਰਕੇ ਦਿਖਾਣਾ ਚਾਹਵਾ ਜਿਸ ਤਰੀਕੇ ਦੇ ਨਾਲ ਆਰਮ ਸਕੂਟਰ ਵਰਕ ਕਰਦੇ ਨੇ ਉਹਨਾਂ ਦੇ ਸਟੈਂਡ ਕੰਮ ਕਰਦੇ ਨੇ ਜਾਂ ਉਹਨਾਂ ਦੇ ਸਕੂਟਰਾਂ ਦੇ ਹੈਂਡਲ ਹੁੰਦੇ ਨੇ ਜਾਂ ਉਹਨਾਂ ਦੇ ਸ਼ੀਲਡਾਂ ਨੇ ਜਾਂ ਫੁੱਟ ਰੈਸ ਨੇ ਹਰ ਏਜ ਨਹੀਂ ਚੀਜ਼ ਉਹ ਚੀਜ਼ ਵਰਕਿੰਗ ਵੀ ਕਰ ਰਹੀ ਹੈ ਸਾਫ਼ ਤੌਰ ਤੇ ਉਹ ਚੀਜ਼ਾਂ ਅਲੱਗ ਵੀ ਹੋ ਜਾਂਦੀਆਂ ਪਾਰਟਸ ਜੁੜ ਵੀ ਜਾਂਦੇ ਨੇ ਇੱਕ ਬਹੁਤ ਹੀ ਜ਼ਿਆਦਾ ਦਿਮਾਗ ਵਾਲੀ ਗੱਲ ਆ ਇੱਕ ਸ਼ੌਂਕ ਦਾ ਜਿੱਦਾ ਕੋਈ ਮੁੱਲ ਨਹੀਂ ਹੁੰਦਾ ਤੇ ਉਸ ਤੋਂ ਇਲਾਵਾ ਇੱਕ ਐਸੀ ਕਲਾ ਹੈ ਜਿੱਦਾ ਕਿ ਸਰਕਾਰ ਨੂੰ ਵੀ ਦੇਖਣਾ ਚਾਹੀਦਾ ਵੀ ਇਹਨਾਂ ਕਲਾਾਂ ਜਿਹੜੇ ਕਿ ਮੁੱਲ ਜ਼ਰੂਰ ਪਵੇ ਕਿਉਂਕਿ ਇਹੋ ਜੇ ਨੌਜਵਾਨ ਆਪਣੇ ਚੀਜ਼ਾਂ ਕ੍ਰੀਏਟ ਕਰਦੇ ਨੇ ਹੋਰ ਵੀ ਚੀਜ਼ਾਂ ਤੁਹਾਨੂੰ ਦਿਖਾਣਾ ਚਾਹੁੰਗੇ ਪਾਜੀ ਬਹੁਤ ਸਾਰੀਆਂ ਚੀਜ਼ਾਂ ਪਈਆਂ ਨੇ ਮੇਰੇ ਖਿਆਲ ਨਾਲ ਸਾਡੇ ਕੋਲ ਸਮਾਂ ਘੱਟ ਜਾਣਾ ਜੇ ਆਪਾਂ ਦਰਸ਼ਕਾਂ ਨੂੰ ਕੱਲੀ-ਕੱਲੀ ਚੀਜ਼ ਦਿਖਾਣੀ ਚਾਹੀਏ ਹਨ ਜੀ ਕੀ ਕਹਿਣਾ ਚਾਹੋਗੇ ਇਸ ਚੀਜ਼ ਦੇ ਨਾਲ ਕਿਵੇਂ ਜੁੜੀਆਂ ਤੁਹਾਡੀਆਂ ਯਾਦਾਂ ਕਿਸ ਚੀਜ਼ ਨਾਲ ਇਮੋਸ਼ਨ ਜੁੜੀਆਂ ਇਹ ਉਦਾਂ ਹੀ ਮਤਲਬ ਮਾਈਂਡ ਦੇ ਵਿੱਚ ਜੋ ਵੀ ਕਹਿ ਲੋ ਕਿ ਆ ਆਈਡੀਆਜ਼ ਆ ਜਾਂਦਾ ਸੀਗਾ ਬਸ ਉਦਾਂ ਦੇ ਮਾਡਲ ਮੈਂ ਬਣਾਉਂਦਾ ਚੱਲ ਗਿਆ ਜੀ ਤੇ ਹਰ ਇੱਕ ਨਾਲ ਮਤਲਬ ਅਲੱਗ-ਅਲੱਗ ਐਕਸਪੀਰੀਅੰਸ ਆਈ ਕਿਉਂਕਿ ਹਰ ਇੱਕ ਮਾਡਲ ਤੇ ਅਲੱਗ-ਅਲੱਗ ਟਾਈਮ ਲੱਗਦਾ ਅਲੱਗ-ਅਲੱਗ ਪਾਰਟਸ ਲੱਗਦੇ ਨੇ ਤਾਂ ਹਰ ਇੱਕ ਦੇ ਨਾਲ ਮਤਲਬ ਇੱਕ ਅਟੈਚਮੈਂਟ ਹੈਗੀ ਹੈ ਜੀ ਤੇ ਮੈਂ ਥੋੜੀ ਜੀ ਇੱਕ ਕੋਸ਼ਿਸ਼ ਕਰਦਾ ਕਿ ਅਗਰ ਕੋਈ ਮਤਲਬ ਬਾਈਕ ਔਰ ਗੱਡੀ ਨੂੰ ਛੱਡ ਕੇ ਜੇ ਕੋਈ ਹੋਰ ਮਾਡਲ ਵੀ ਬਣਾਉਣਾ ਹੈ ਤਾਂ ਉਹਦੇ ਵਿੱਚ ਮੈਂ ਕੋਸ਼ਿਸ਼ ਕਰਦਾ ਕਿ ਇੱਕ ਮਾਡਲ ਤਾਂ ਬਣਾਣਾ ਹੀ ਬਣਾਣਾ ਤੇ ਉਦਾਇਕ ਯੂਟਿਲਾਈਜ਼ ਵੀ ਕੀਤਾ ਜਾਵੇ ਤਾਂ ਉਹਦੇ ਵਿੱਚ ਮੈਨੇ ਮੈਨ ਦੇ ਨਾਲ ਇਹ ਇੱਕ ਕੈਂਡਲ ਹੋਲਡਰ ਬਣਾਏ ਨੇ ਜੀ 나ੜ ਕਾਲ ਕਾਰਡ ਹੋਲਡਰ ਨੇ ਜੀ ਤਾਂ ਮਤਲਬ ਉਹਦਾ ਯੂਟਿਲਾਈਜ਼ ਵੀ ਹੈ ਤਾਂ ਇੱਕ ਤਰ੍ਹਾਂ ਇੱਕ ਹੋਣ ਉਹ ਹੈਂਡ ਗ੍ਰਨੇਡ ਬੰਬ ਬਣਾਇਆ ਜੀ ਤਾਂ ਉਹ ਉਹਦੇ ਤੋਂ ਆਪਾਂ ਪੇਪਰ ਵੇਟ ਦਾ ਕੰਮ ਵੀ ਲੈ ਸਕਦੇ ਆ ਜੀ ਤਾਂ ਮੈਕਸਿਮਮ ਕੋਸ਼ਿਸ਼ ਇਹ ਕਰੀਦੀ ਹੈ ਕਿ ਉਹਨੂੰ ਯੂਟਿਲਾਈਜ਼ ਵੀ ਕੀਤਾ ਜਾਵੇ ਮੇਰੇ ਕੋਲ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਬਹੁਤ ਜੜੀਆਂ ਆ ਬਾਕੋ ਵੀ ਸੋਹਣਿਆ ਤਰੀਕੇ ਨਾਲ ਬਣਿਆ ਗਿਆ ਨੇ ਵੀ ਇਹ ਨਹੀਂ ਲੱਗ ਰਿਹਾ ਵੀ ਕੋਈ ਜਿਹੜਾ ਕਿ ਇੱਕ ਅਨਾਰੀ ਬੰਦੇ ਵੱਲੋਂ ਕੰਮ ਕੀਤਾ ਗਿਆ ਹੈ ਬਹੁਤ ਹੀ ਜ਼ਿਆਦਾ ਡਿਟੇਲਿੰਗ ਦਿੱਤੀ ਗਈ ਹੈ ਉਸ ਚੀਜ਼ ਨੂੰ ਤੁਸੀਂ ਸਾਹਮਣੇ ਟੈਂਕ ਦੇਖ ਰਹੇ ਹੋ ਟੈਂਕ ਦੇ ਵੀ ਜਿਹੜੀ ਕਿ ਬਹੁਤ ਜ਼ਿਆਦਾ ਡਿਟੇਲਿੰਗ ਦਿੱਤੀ ਗਈ ਹੈ ਪੂਰੀ ਉਸੇ ਤਰੀਕੇ ਨਾਲ ਨੋਬ ਤੇ ਉਹਦੀ ਜਿਹੜੀ ਕਿ ਚੈਨ ਨਾਲ ਚੱਲਣ ਵਾਲੇ ਟਾਇਰ ਨੇ ਬਹੁਤ ਹੀ ਜ਼ਿਆਦਾ ਸੁੰਦਰ ਤਰੀਕੇ ਨਾਲ ਉਹ ਜਿਹੜਾ ਕਿ ਕ੍ਰੀਏਟ ਕੀਤਾ ਗਿਆ ਹੈ ਤੇ ਇਹ ਚੀਜ਼ਾਂ ਇੰਨੀਆਂ ਕਿ ਸੋਹਣੀਆਂ ਨੇ ਵੀ ਮਨ ਕਰਦਾ ਵੀ ਉਹਨਾਂ ਨੂੰ ਹੱਥਾਂ 'ਚ ਚੱਕੀਏ ਤੇ ਦਰਸ਼ਕਾਂ ਨੂੰ ਇੱਕ ਵਾਰੀ ਫੇਰ ਦਿਖਾਈਏ ਵੀ ਅ ਬੇਸ਼ੱਕ ਆ ਚੀਜ਼ ਤੁਸੀਂ ਦੇਖ ਸਕਦੇ ਹੋ ਵੀ ਇਹ ਜਿਹੜਾ ਕਿ ਬੁਲਟ ਤੇ ਭਾਜੀ ਬੁਲਟ ਹੀ ਹੈ ਜੀ ਇਹ ਨਹੀਂ ਬਸ ਹਾਰਲੇ ਟਾਈਪ ਕਹਿ ਸਕਦੇ ਆਂ ਜਾਂ ਆਪਾਂ ਤਾਂ ਇਹ ਸਿੰਗਲ ਸੀਟਰ ਹੀ ਬਣਾਇਆ ਸੀਗਾ ਇਹ ਬਿਲਕੁਲ ਜੀ ਮਨ ਕੇ ਸਿੰਗਲ ਸੀਟਰ ਅੱਜ ਕੱਲ ਦੇ ਨੌਜਵਾਨਾਂ ਨੇ ਡਿਮਾਂਡ ਕੀਤੀ ਹੈ ਜਿਹੜੀ ਕਿ ਨਾਰਮਲ ਮੋਟਰਸਾਈਕਲਾਂ ਵੀ ਚੱਲ ਰਹੀ ਹੈ ਭਾਜੀ ਨੇ ਉਹ ਵੀ ਕ੍ਰੀਏਟ ਕੀਤੀ ਹੈ ਸਿੰਗਲ ਸੀਟਰ ਹਾਰਲੇ ਡੈਵਿਡਸਨ ਦੀ ਕਾਪੀ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਵੀ ਮੈਂ ਸ਼ਾਇਦ ਇਸ ਚੀਜ਼ ਨੂੰ ਬਿਆਨ ਨਾ ਕਰ ਸਕਦਾ ਹੋਵਾਂ ਵੀ ਕਿਸ ਤਰੀਕੇ ਨਾਲ ਇਸ ਚੀਜ਼ ਨੂੰ ਡਿਟੇਲ ਕੀਤਾ ਗਿਆ ਹੈ ਕੱਲੀ-ਕੱਲੀ ਚੀਜ਼ ਨੂੰ ਟਾਇਰ ਅਗਰ ਨੌਜਵਾਨਾਂ ਨੇ ਮੰਗਣ ਤਾਂ ਟਾਇਰ ਚੋੜੇ ਹੋਣ ਤਾਂ ਟਾਇਰ ਚੋੜਾ ਬਣਾਇਆ ਗਿਆ ਮਤਲਬ ਕਿ ਡਿਟੇਲ ਹੈ ਜਿਹੜੀ ਉਹਦੀ ਸ਼ਕਲ ਹੈ ਇਸ ਤਰੀਕੇ ਨਾਲ ਦਿਖਾਈ ਗਈ ਹੈ ਵੀ ਲੋਕ ਜਿਹੜੇ ਦੇਖ ਕੇ ਨੰਗ ਰਾਂਣ ਵੀ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਕਿਸ ਤਰੀਕੇ ਨਾਲ ਬਣਦੀਆਂ ਨੇ ਤੇ ਕੀ ਕੀ ਇਹਨਾਂ ਦੇ ਉੱਪਰ ਕੰਮ ਕੀਤਾ ਗਿਆ ਜਿਸ ਸਬਸ ਦੇਖ ਸਕਦੇ ਹੋ ਵੀ ਡਬਲ ਸਲੈਂਸਰ ਹੈ ਪਿੱਛੇ ਦਾ ਟਾਇਰ ਦੇਖ ਸਕਦੇ ਹੋ ਵੀ ਹਰ ਜਿਹੜੀ ਚੀਜ਼ ਲੋਕ ਵੇਸਟ ਕਰ ਦਿੰਦੇ ਨੇ ਕਬਾਰਡ ਦੇ ਵਿੱਚ ਵੇਚ ਦਿੰਦੇ ਨੇ ਇਸ ਨੌਜਵਾਨ ਦੇ ਵੱਲੋਂ ਇਸ ਚੀਜ਼ ਦੇ ਨਾਲ ਇਹੋ ਜਿਹੀਆਂ ਚੀਜ਼ਾਂ ਬਣਾਏਗਾ ਜਿਸ ਦੀ ਕੀਮਤ ਹੈ ਮੇਰੇ ਖਿਆਲ ਨਾਲ ਇਹ ਨਹੀਂ ਦੱਸ ਸਕਣਗੇ ਪਾਜੀ ਖਰਚੇ ਤਾਂ ਗੱਲ ਛੱਡੋ ਆਪ ਆਪ ਸਾਫ਼ ਤੌਰ ਤੇ ਕਹਿ ਰਹੇ ਵੀ ਸਕ੍ਰੈਪ ਦੇ ਵਿੱਚੋਂ ਕੱਢੀਆਂ ਆਪੀਆਂ ਕੀ ਭਾਵਨਾਵਾਂ ਜੁੜੀਆਂ ਤੁਹਾਡੀਆਂ ਇਸ ਚੀਜ਼ਾਂ ਦੇ ਨਾਲ ਕਿਉਂਕਿ ਕੱਲੇ-ਕੱਲੀ ਚੀਜ਼ ਨੂੰ ਕਾਫੀ ਸਮਾਂ ਲੱਗ ਗਿਆ ਨਾ ਹੁਣ ਇੱਕ ਸਕੂਟਰ ਦੀ ਗੱਲ ਕੀਤੀ ਆ ਤੇ ਕਿੰਨਾ ਕੁ ਸਮਾਂ ਇੱਕ ਚੀਜ਼ ਉੱਪਰ ਲਾਇਆ ਦੇਖੋ ਸਕੂਟਰ ਦੇ ਸਭ ਤੋਂ ਜ਼ਿਆਦਾ ਮਿਹਨਤ ਹੁੰਦੀ ਹੈ ਕਿਉਂਕਿ ਉਹਦੇ ਜਿਹੜੇ ਪਾਰਟ ਸੀਗੇ ਉਹ ਮੈਨੂੰ ਹੈਂਡ ਮੇਡ ਬਣਾਉਣੇ ਪੈਣੇ ਸੀਗੇ ਤੇ ਉਹਨੂੰ ਮਤਲਬ 3.5 ਜਾਂ 4 ਮਹੀਨੇ ਦਾ ਟਾਈਮ ਲੱਗ ਗਿਆ ਸੀਗੇ ਕਿਉਂਕਿ ਮੇਰੇ ਲਈ ਇੱਕ ਸ਼ਾਪ ਦਾ ਕੰਮ ਪਹਿਲਾਂ ਹੀ ਏ ਐਸ ਜੇ 10 ਇਹ ਹੌਬੀ ਹੈ ਤੇ ਮੈਂ ਮਤਲਬ ਐਗਜ਼ੀਬਿਸ਼ਨਾਂ ਵੀ اٹੈਂਡ ਕੀਤੀਆਂ ਨੇ ਤੇ ਉੱਥੇ ਜਿਹੜੇ ਪਰਸਨ ਆਉਂਦੇ ਨੇ ਤਾਂ ਮੈਂ ਉਹਨਾਂ ਦੀ ਜਿਹੜੀ ਗੱਲਬਾਤ ਹੋਈ ਉਹਨਾਂ ਨਾਲ ਤਾਂ ਹਰ ਇੱਕ ਦੀ ਜਿਹੜੀ ਵਾਰਡਿੰਗ ਸੀਗੀ ਉਹ ਇਹ ਸੀਗੀ ਕਿ ਅਸੀਂ ਅੱਜ ਤੱਕ ਇਹ ਚੀਜ਼ਾਂ ਨਹੀਂ ਦੇਖੀਆਂ ਹੈਗੀਆਂ ਜਾਂ ਇਸ ਦੇ ਨਾਲ ਰਿਲੇਟਡ ਐਦਾਂ ਦੇ ਮਾਡਲ ਤਾਂ ਅੱਜ ਤੱਕ ਨਹੀਂ ਦੇਖੀ ਹੈਗੀਆਂ ਜੋ ਤੁਸੀਂ ਬਣਾ ਰਹੇ ਹੋ ਕਿਸੇ ਵੱਲੋਂ ਇਦਾਂ ਦੀ ਗੱਲਬਾਤ ਵੀ ਕੀਤੀ ਗਈ ਹੈ ਵੀ ਤੁਸੀਂ ਬਣਾਓ ਅਸੀਂ ਇਹਨਾਂ ਚੀਜ਼ਾਂ ਨੂੰ ਖਰੀਦਾਂਗੇ ਤੇ ਇਹਨਾਂ ਦੀ ਕੋਈ ਕੀਮਤ ਅਸੀਂ ਕਿਉਂਕਿ ਜਿਸ ਹਿਸਾਬ ਸਿਰ ਤੇ ਡਿਟੇਲਿੰਗ ਹੈ ਜਿਸ ਹਿਸਾਬ ਸਿਰ ਕੰਮ ਕੀਤਾ ਗਿਆ ਮੇਰੇ ਹਿਸਾਬ ਨਾਲ ਦੀ ਕੀਮਤ ਅਗਲਾ ਦੱਸੇਗਾ ਤਾਂ ਆਪ ਸ਼ਰਮਸਾਰ ਹੋ ਸਕਦਾ ਕਿਉਂਕਿ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਇਸ ਚੀਜ਼ ਨੂੰ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਜੀ ਤੇ ਮਤਲਬ ਉੱਥੇ ਮੈਂ ਸਿਰਫ ਸ਼ੋਅ ਕਰਨ ਗਿਆ ਸੀ ਕਿ ਮੈਂ ਪਟਿਆਲੇ ਨੂੰ ਰਿਪਰੈਜ਼ੈਂਟ ਕਰ ਰਿਹਾ ਹਾਂ ਪਰ ਕਸਟਮਰ ਜਿਹੜੇ ਕਹਿ ਲੋ ਕਿ ਆਡੀਅנס ਆਂਦੀ ਹੈ ਤਾਂ ਹੋ ਗਿਆ ਮੈਂ ਤੁਸੀਂ ਸੇਲ ਕਰੋ ਤੇ ਮੈਂ ਕਹਿੰ ਲਾਈਫ ਦਾ ਕਹ ਲਓ ਕਿ ਕੁਝ ਸਟੈਪ ਐਸਾ ਨਹੀਂ ਚੱਕ ਰਹਾ ਹੈਗਾ ਕਿ ਮਨ ਨੂੰ 5 ਸਾਲ ਲਈ ਜਾਂ 10 ਸਾਲ ਬਾਅਦ ਮਨ ਨੂੰ ਐਦਾਂ ਲੱਗੇ ਕਿ ਮੈਂ ਕੁਝ ਗਲਤ ਕਰਤਾ ਜਾਂ ਮੈਨੂੰ ਲਾਸ ਹੋ ਗਿਆ ਤਾਂ ਉੱਥੇ ਦੇ ਜਿਹੜੇ ਪਰਸਨ ਸੀਗੇ ਉਹਨਾਂ ਦੀ ਵਰਡਿੰਗ ਮੈਂ ਸੁਣ ਕੇ ਹੈਰਾਨ ਸੀਗਾ ਕਿ ਉਹ ਕਹਿੰਦੇ ਨੇ ਕਿ ਅੱਜ ਤੱਕ ਅਸੀਂ ਇਹ ਚੀਜ਼ਾਂ ਨਹੀਂ ਦੇਖੀਆਂ ਤਾਂ ਮਾਈਂਡ ਦੇ ਵਿੱਚ ਆਇਆ ਕਿ ਕਿਉਂ ਨਾ ਇੱਕ ਆਪਣੀ ਪ੍ਰਾਈਵੇਟ ਆਰਟ ਗੈਲਰੀ ਖੋਲੀ ਜਾਵੇ ਤਾਂ ਕਿ ਇੱਕ ਵੀਆਈਪੀ ਤੋਂ ਲੈ ਕੇ ਇੱਕ ਆਮ ਆਦਮੀ ਤੱਕ ਇਹਨੂੰ ਹਰ ਕੋਈ ਦੇਖ ਸਕੇ ਤਾਂ ਮੇਰਾ ਹੁਣ ਇੱਥੇ ਫੋਕਸ ਇਦਾਂ ਹੀ ਹੈ ਕਿ ਮੈਂ ਅਲੱਗ-ਅਲੱਗ ਮਾਡਲ ਬਣਾਵਾ ਤੇ ਆਪਣੀ ਆਰਟ ਗੈਲਰੀ ਓਪਨ ਕਰਾਂ ਤੇ ਉਸ ਤੋਂ ਬਾਅਦ ਫਿਰ ਦੇਖ ਲਈ ਕਿ ਅੱਗੇ ਸੇਲ ਕਰਨੇ ਆ ਜਾਂ ਨਹੀਂ ਕਰਨੇ ਆ ਹਾਂ ਬਿਲਕੁਲ ਸਰਕਾਰ ਵੱਲੋਂ ਵੀ ਕਈ ਵਾਰ ਇਸ ਚੀਜ਼ੇ ਉੱਪਰ ਕਿਹਾ ਜਾਂਦਾ ਵੀ ਜਿਹੜੇ ਬੱਚੇ ਜਿਹੜੇ ਮਤਲਬ ਕਹਿੰਦਾ ਵੀ ਕੋਈ ਨਾ ਕੋਈ ਕ੍ਰੀਏਟੀਵਿਟੀ ਕਰਦੇ ਹੋਣ ਕੋਈ ਕਲਾ ਹੈ ਤੇ ਉਸ ਕਲਾ ਨੂੰ ਜਿਹੜੇ ਕਿ ਅੱਗੇ ਦੁਨੀਆ ਦੇ ਸਾਹਮਣੇ ਲੈ ਕੇ ਆਉਣ ਤਾਂ ਬਿਲਕੁਲ ਇਹ ਨੌਜਵਾਨ ਉਸ ਰਾਹ ਦੇ ਉੱਪਰ ਚੱਲ ਰਿਹਾ ਹੈ ਇਸ ਹਿਸਾਬ ਸਿਰ ਕਲਾ ਉਹ ਜਿਹੜੇ ਕਿ ਆਪਣੀ ਕਲਾ ਨੂੰ ਲੜਕੇ ਆਪਣਾ ਦੁਨੀਆ ਦੇ ਸਾਹਮਣੇ ਲੈ ਕੇ ਤ ਉਹਨੇ ਇੱਕ ਚੀਜ਼ ਵੀ ਬਿਲਕੁਲ ਦਿਖਾ ਦੇਣਾ ਚਾਹੁੰਦਾ ਹੈ ਉਸ ਹਿਸਾਬ ਸਿਰ ਇਹ ਇਹਨਾਂ ਨੇ ਕ੍ਰੀਏਟੀਵਿਟੀ ਤਿਆਰ ਕੀਤੀ ਹੈ ਬਹੁਤ ਹੀ ਸੁੰਦਰ ਬਹੁਤ ਹੀ ਅਲੱਗ ਜੀ ਚੀਜ਼ਾਂ ਵੀ ਲੋਕ ਜਿਹੜੇ ਅੱਜ ਕੱਲ੍ਹ ਜਿਮ ਕਰਦੇ ਨੇ ਜਾਂ ਬਾਡੀ ਬਿਲਡਿੰਗ ਜਾਂ ਵੇਟ ਲਿਫਟਿੰਗ ਕਰਦੇ ਨੇ ਉਹਨਾਂ ਦੇ ਨਾਲ ਇੱਕ ਕ੍ਰੀਏਟ ਕੀਤੀ ਹੋਈ ਚੀਜ਼ ਉਹਨਾਂ ਦੇ ਨਾਲ ਬਾਕੋਬੀ ਰੌਡ ਬਣਾਈ ਹੈ ਹੱਥਾਂ ਦੀਆਂ ਉਂਗਲੀਆਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਇਹ ਬ੍ਰਿੱਕੀ ਦੇ ਨਾਲ ਇਹ ਚੀਜ਼ ਤਿਆਰ ਕੀਤੀ ਗਈ ਹੈ ਬਹੁਤ ਜ਼ਿਆਦਾ ਦਿਮਾਗ ਦੀ ਲੋੜ ਹੈ ਦਿਮਾਗ ਤੋਂ ਇਲਾਵਾ ਲਗਨ ਦੀ ਗੱਲ ਕਰਾਂਗੇ ਕਿਉਂਕਿ ਕੋਈ ਵੀ ਚੀਜ਼ ਜਿਹੜੀ ਉਹ ਬਿਲਕੁਲ ਸੰਪੂਰਨ ਤੌਰ ਤੇ ਤਾਂ ਕਿ ਤੀਆ ਸਿਰ ਉਹਦੇ ਵਿੱਚ ਲਗਨ ਜੁੜੀ ਹੋਵੇ ਤਾਂ ਸਾਫ ਤੌਰ ਤੇ ਜਾਇਜ਼ ਹੋ ਰਿਹਾ ਵੀ ਕਿਸ ਤਰੀਕੇ ਦਾ ਨਾਲ ਇਹ ਚੀਜ਼ਾਂ ਤਿਆਰ ਕੀਤੀਆਂ ਉਹਨਾਂ ਵਿੱਚ ਭੱਜ ਦੀ ਲਗਨ ਜੁੜੀ ਸੀਗੀ ਨੌਜਵਾਨ ਨੇ ਆਪਣਾ ਦਿਮਾਗ ਲਗਾਇਆ ਸਮਾਂ ਲਗਾਇਆ ਤੇ ਜਿਹੜੇ ਕਿ ਅੱਜ ਕੱਲ ਦੇ ਨੌਜਵਾਨ ਨੇ ਆਪਣਾ ਜਿਹੜਾ ਫालतू ਸਮਾਂ ਹੁੰਦਾ ਫ੍ਰੀ ਸਮਾਂ ਹੁੰਦਾ ਉਹ ਗਲਤ ਸਾਈਡ ਵੱਲ ਲੈ ਕੇ ਜਾਂਦੇ ਨੇ ਆਪਣੇ ਸਮੇਂ ਨੂੰ ਭਾਵੇਂ ਗੇਮਾਂ ਵਿੱਚ ਯੂਜ਼ ਕਰ ਲੈਣੇ ਭਾਵੇਂ ਨਸ਼ਿਆਂ ਵਿੱਚ ਯੂਜ਼ ਕਰ ਲੈਣ ਸੋ ਇਸ ਨੌਜਵਾਨ ਨੇ ਆਪਣੇ ਸਮੇਂ ਨੂੰ ਜਿਹੜਾ ਕਿ ਇਸ ਜਗ੍ਹਾ ਦੇ ਉੱਪਰ ਲਗਾਇਆ ਵੀ ਆਉਣ ਵਾਲੀਆਂ ਪੀੜ੍ਹੀਆਂ ਵੀ ਇਹ ਗੱਲ ਜ਼ ਵੀ ਸਾਡੇ ਪਾਪਾ ਨੇ ਜਾਂ ਸਾਡੇ ਦਾਦ ਨੇ ਕਿਸ ਤਰੀਕੇ ਦੇ ਨਾਲ ਇਹ ਕ੍ਰੀਏਟੀਵਿਟੀ ਕੀਤੀ ਹੈ ਤੇ ਇਹ ਚੀਜ਼ਾਂ ਤਿਆਰ ਕੀਤੀਆਂ ਕਿਉਂਕਿ ਇਹ ਚੀਜ਼ਾਂ ਕਿਤੇ ਖਰਾਬ ਹੋਣ ਵਾਲੀਆਂ ਨਹੀਂ ਹੈਗੀਆਂ ਇਹਨਾਂ ਦੀ ਮਿਆਦ ਦੀ ਗੱਲ ਕੀਤੀ ਜਾਵੇ ਤਾਂ ਕਿਉਂਕਿ ਲੋਹਾ ਜਿਹੜਾ ਕਿ ਹੈ ਖਰਾਬ ਨਹੀਂ ਹੁੰਦਾ ਇਹਨਾਂ ਦੀ ਮਿਆਦ ਜਿਹੜੀ ਕਿ ਸਾਲੋਂ ਸਾਲ ਤੱਕ ਜਿਹੜੀ ਕਿ ਯਾਦਗਾਰ ਬਣ ਕੇ ਰਹੇਗੀ ਭਾਜੀ ਕੀ ਮੈਸੇਜ ਹੈ ਅੱਜ ਕੱਲ ਦੇ ਨੌਜਵਾਨਾਂ ਨੂੰ ਜਿਹੜਾ ਆਪਣਾ ਫਾਲਤੂ ਸਮਾਂ ਕਹ ਲਈਏ ਕੰਮਕਾਰ ਤੋਂ ਕਹ ਲਈਏ ਪੜ੍ਹਾਈ ਤੋਂ ਬਾਅਦ ਕਹ ਲਈਏ ਸਮਾਂ ਸਭ ਕੋਲ ਹੁੰਦਾ ਪਰ ਉਹ ਸਮਾਂ ਕਿਤੇ ਨਾ ਕਿਤੇ ਵੇਸਟ ਕਰ ਦਿੰਦੇ ਨੇ ਭਾਵੇਂ ਉਹ ਗੇਮ ਖੇਡਣ ਨੂੰ ਕਹਿ ਦਈਏ ਜਾਂ ਕਿਤੇ ਕੋਈ ਮੈਸੇਜ ਕਰਨ ਨੂੰ ਜਾਂ ਕਿਤੇ ਵੇਸਟ ਕੀਤਾ ਜਾਂਦਾ ਕੀ ਮੈਸੇਜ ਆਉਣਾ ਲੋਕਾਂ ਨੂੰ ਮੈਂ ਮੈਸੇਜ ਇਹ ਦੇਣਾ ਚਾਹਾਂਗਾ ਜੀ ਕਿ ਆਪਣੇ ਜਿਹੜੇ ਮਾਈਂਡ ਨੂੰ ਹੈ ਉਹ ਫਰੀ ਨਾ ਰੱਖਣ ਕੋਈ ਨਾ ਕੋਈ ਕੰਮ ਕਰਨ ਕੋਈ ਕਲਾ ਹੋਵੇ ਕੋਈ ਕਿਦਾਂ ਦਾ ਵੀ ਕੋਈ ਵੀ ਕਲਾ ਹੋਵੇ ਤਾਂ ਪੇਂਟਿੰਗ ਕਰ ਲੋ ਜਾਂ ਕੁਝ ਵੀ ਕਰ ਲੋ ਤਾਂ ਜਿਸ ਤਰ੍ਹਾਂ ਦਾ ਮਤਲਬ ਅਗਲੇ ਦਾ ਮਾਈਂਡ ਹੈ ਤੁਸੀਂ ਉਹਨੂੰ ਉਦਾਂ ਦਾ ਉਹਨੂੰ ਕਰ ਸਕਦੇ ਹੋ ਪਰ ਇਹ ਹੈ ਕਿ ਤੁਸੀਂ ਉਹਨੂੰ ਫਰੀ ਰੱਖ ਕੇ ਉਹਨੂੰ ਟਾਈਮ ਸਮੇਂ ਨੂੰ ਵੇਸਟ ਨਾ ਕਰਨ ਕਿਉਂਕਿ ਸਮਾਂ ਕੋਈ ਵੀ ਨਹੀਂ ਫੜ ਸਕਿਆ ਤੇ ਨਾ ਉਹ ਰੁਕਦਾ ਹੈ ਤੇ ਮਤਲਬ ਉਹਨੂੰ ਸਮੇਂ ਨੂੰ ਵੇਸਟ ਨਹੀਂ ਕਰਨਾ ਚਾਹੀਦਾ ਜੀ ਬਿਲਕੁਲ ਬਿਲਕੁਲ ਜੀ ਇਹਨਾਂ ਚੀਜ਼ਾਂ ਦੇ ਵਿੱਚੋਂ ਲਾਸਟ ਕੁਐਸਚਨ ਨਾਲ ਗੱਲ ਕਰਾਂਗੇ ਅ ਵੀ ਕਿਸੇ ਚੀਜ਼ ਦੇ ਨਾਲ ਇਹੋ ਜੀ ਯਾਦਗਾਰ ਜੁੜੀ ਹੋਵੇ ਜਿਹਨੂੰ ਲੋਕੀ ਕਹਿਣ ਵੇਜ਼ ਖਰੀਦਣਾ ਚਾਹੁੰਦੇ ਆ ਪਰ ਤੁਸੀਂ ਉਹਨੂੰ ਵੇਚਣ ਨੂੰ ਤਿਆਰ ਨਾ ਹੋਵੇ ਨਹੀਂ ਯਾਰ ਆਹ ਚੀਜ਼ ਨਹੀਂ ਵਜਣੀ ਵੇਚੋ ਜਿੰਨੀ ਮਰਜ਼ੀ ਮੈਨੂੰ ਕੀਮਤ ਦੇ ਦੇ ਪਰ ਆਹ ਚੀਜ਼ ਮੈਂ ਵੇਚਣੀ ਨੀਵੈਦਨਾ ਮੇਰੀ ਯਾਦਗਾਰ ਚੁੜੀ ਆ ਇਹਨਾਂ ਸਾਰੀਆਂ ਚੀਜ਼ਾਂ ਵਿੱਚੋਂ ਕੋਈ ਇਹੋ ਜੀ ਚੀਜ਼ ਹੋਵੇ ਤੁਹਾਡੇ ਕੋਲ ਦੇਖੋ ਯਾਦਗਾਰ ਤਾਂ ਸਾਰਿਆਂ ਨਾਲ ਹੀ ਆਈ ਕਿਉਂਕਿ ਇਹ ਆਪਾ ਪਾਰਸੇ ਜਿਹੜੇ ਯੂਜ਼ ਕੀਤੇ ਆ ਆਪਾਂ ਫਰੈਸ਼ ਮਟੀਰੀਅਲ ਵੀ ਲੈ ਸਕਦੇ ਆ ਪਰ ਜਿਹੜੀ ਇੱਕ ਮਤਲਬ ਕਬਾੜ ਦੇ ਵਿੱਚੋਂ ਚੀਜ਼ ਲੱਭ ਕੇ ਉਹਦੇ ਉੱਤੇ ਕੰਮ ਕਰਨਾ ਉਹ ਬਹੁਤ ਜ਼ਿਆਦਾ ਮੁਸ਼ਕਲ ਹੈ ਤਾਂ ਉਹਦੇ ਕਰਕੇ ਸਾਰੇ ਹੀ ਮੇਰੇ ਦਿਲ ਦੇ ਨੇੜੇ ਨਹੀਂ ਸਾਰੇ ਦਿਲ ਦੇ ਹਾਂਜੀ ਹਾਂਜੀ ਜੇ ਕੱਲ ਨੂੰ ਕੋਈ ਇਹੋ ਜਿਹੀ ਗੱਲ ਕਰਦਾ ਵੀ ਐਗਜ਼ੀਬਿਸ਼ਨਾਂ ਦੇ ਵਿੱਚ ਕਹਿੰਦਾ ਵੀ ਤੁਸੀਂ ਇਹੋ ਜਿਹੀ ਹੁਣ ਐਨਾ ਸਮਾਨ ਤਿਆਰ ਕਰ ਲਿਆ ਵੀ ਹੁਣ ਇਹਨੂੰ ਕਿਤੇ ਨਾ ਕਿਤੇ ਸੇਲ ਕੀਤਾ ਜਾਵੇ ਕਿਉਂਕਿ ਇੱਕ ਹੱਥ ਦੀ ਬਣੀ ਚੀਜ਼ ਐ ਕ੍ਰੀਏਟੀਵਿਟੀ ਐ ਕੀਮਤ ਕੀ ਸ਼ੁਰੂਆਤ ਹੋ ਸਕਦੀ ਐ ਕਿਸ ਚੀਜ਼ ਦੀ ਕੀਮਤ ਰੱਖਣੀ ਜੋ ਦੇਖੋ ਹਲੇ ਮੈਂ ਹਲੇ ਨਹੀਂ ਸੋਚਿਆ ਹੈਗਾ ਜੀ ਕਿਉਂਕਿ ਮੈਂ ਹਲੇ ਸੇਲ ਵਾਲੀ ਸਾਈਡ ਨਹੀਂ ਚੱਲ ਰਹਾ ਹਾਂ ਹਾਂਜੀ ਉਹਦੇ ਕਰਕੇ ਡਿਸਾਈਡ ਵੀ ਨਹੀਂ ਕੀਤਾ ਤੇ ਸਿਰਫ ਵਾਲੇ ਮੈਂ ਕਲੈਕਸ਼ਨ ਨੂੰ ਬੜੀ ਕਰ ਰਿਹਾ ਹਾਂ ਤਾਂ ਕਿ ਮੇਰਾ ਫਸਟ ਇਹੀ ਹੈ ਕਿ ਮੈਂ ਆਪਣੀ ਆਊਟ ਗੈਲਰੀ ਖੋਲ੍ਹਾਂ ਹੀ ਪਹਿਲਾਂ ਬਿਲਕੁਲ ਸੋ ਕਿਤਨਾ ਕਿਤੇ ਜੜੇ ਪਿਤਾ ਜੀ ਵੱਲੋਂ ਇਹ ਸਵਾਲ ਸੀਗਾ ਵੀ ਪੁੱਤਰ ਤੂੰ ਪੜਨਾ ਹੈ ਅੱਗੇ ਜਾਂ ਨਹੀਂ ਪੜਨਾ ਕਿਤਨਾ ਕਿਤੇ ਹਰ ਮਾਪਿਓ ਦਿਲ ਚ ਚੁਰੰਦਾ ਜੀ ਬੱਚਾ ਪੜ ਜਾਵੇ ਤੇ ਕੁਝ ਬਣ ਜਾਵੇ ਹਨਾ ਪਰ ਕਿਤਨਾ ਕਿਤੇ ਪੜ੍ਹਾਈ ਤੋਂ ਬਾਅਦ ਤੁਸੀਂ ਇੱਕ ਅੱਜ ਉਹ ਪਿਤਾ ਜੀ ਦੇ ਕੀ ਖਿਆਲ ਨੇ ਅੱਜ ਉਹ ਪਿਤਾ ਜੀ ਕੀ ਕਹਿੰਦੇ ਨੇ ਵੀ ਮੁੰਡੇ ਮੇਰੇ ਨੇ ਕੀ ਕੰਮ ਕੀਤਾ ਕੋਈ ਸ਼ਾਬਾਸ਼ੀ ਮਿਲਦੀ ਹੈ ਪਿਤਾ ਜੀ ਤੋਂ ਸ਼ਾਬਾਸ਼ੀ ਮਿਲਦੀ ਹੈ ਜੀ ਹੁਣ ਤੁਹਾਡੇ ਵਰਗੇ ਯਾਰ ਮਿੱਤਰ ਆਉਂਦੇ ਨਹੀਂ মিডিਆ ਗਰੁੱਪ ਆਉਂਦੇ ਨਹੀਂ ਤਾਂ ਐਪਰੀਸ਼ੀਏਟ ਕਰ ਇੱਕ ਪਾਪਾ ਉਹਨਾਂ ਦੇ ਰਿਲੇਟਿਵ ਵੀ ਆ ਗਏ ਆ ਫਰੈਂਡ ਵੀ ਆ ਗਏ ਨੇ ਤਾਂ ਮਤਲਬ ਉਹ ਜਿਹੜੇ ਫਸਟ ਟਾਈਮ ਵੀ ਉਹ ਵੀ ਦੇਖਦੇ ਨੇ ਯਾਰ ਉਹ ਵੀ ਕਹਿੰਦੇ ਨੇ ਯਾਰ ਕਮਾਲ ਹੈ ਯਾਰ। ਜੀ ਕਮਾਲ ਹੈਣਾ ਬਿਲਕੁਲ ਜੀ ਕਹਿਣਾ ਬਣਦਾ ਵੀ ਹੈ ਵੀ ਜਿਹੜੀ ਚੀਜ਼ ਕਮਾਲ ਹੈ ਤੁਹਾਨੂੰ ਕਮਾਲ ਹੀ ਕਵਾਂਗੇ ਕਿਉਂਕਿ ਇੱਕ ਵਾਰੀ ਫਿਰ ਤੁਹਾਨੂੰ ਤਸਵੀਰਾਂ ਦਿਖਾ ਦਈਏ ਵੀ ਜਿਸ ਹਾਸਫਸੇ ਦੇ ਵਿੱਚ ਕੱਲੀ-ਕੱਲੀ ਚੀਜ਼ੇ ਨਾਲ ਕ੍ਰੀਏਟੀਵਿਟੀ ਤਿਆਰ ਕੀਤੀ ਹੈ ਮੈਂ ਦਰਸ਼ਕਾਂ ਨੂੰ ਵਾਰ-ਵਾਰ ਇਸ ਤਾਂ ਦਿਖਾ ਰਹੇ ਹਾਂ ਵੀ ਕਿਉਂਕਿ ਇਹਨਾਂ ਚੀਜ਼ਾਂ ਦੇ ਵਿੱਚ ਭਾਵਨਾਵਾਂ ਜੁੜੀਆਂ ਨੇ ਕਲਾ ਜੁੜੀ ਹੈ ਕਲਾ ਦਾ ਕੋਈ ਕੀਮਤ ਨਹੀਂ ਹੁੰਦੀ ਕਲਾ ਜੁੜੀ ਹੈ ਕੱਲੀ-ਕੱਲੀ ਚੀਜ਼ ਤੋਂ ਕਿਹੜੀ ਚੀਜ਼ ਨੂੰ ਕਿੱਥੇ ਫਿਟ ਕਰਨਾ ਹੈ ਕਿਹੜੀ ਚੀ ਜਿੰਨਾ ਤਿਆਰ ਕੀਤੇਆਂ ਗਿਆ ਨੇ ਜਿਸ ਹਸਾਬ ਸਿਰ ਤੁਸੀਂ ਦੇਖ ਸਕਦੇ ਹੋ ਵੀ ਨਿੱਕੀਆਂ ਨਿੱਕੀਆਂ ਆਈਟਮਾਂ ਤੋਂ ਕੀ ਕੀੜੀ ਚੀਜ਼ਾਂ ਤਿਆਰ ਕੀਤਾ ਗਿਆ ਹੈ ਨੇ ਕ੍ਰੀਏਟਿਵਿਟੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਟੋਪ ਬਣਾਈ ਗਈ ਹੈ ਜਿਹੜੀ ਵੱਡੇ ਵੱਡੇ ਕਿਲਿਆਂ ਦੇ ਵਿੱਚ ਕਿਤਨਾ ਕਿਤੇ ਖੜੀ ਦਿਖਾਈ ਦਿੰਦੀ ਹੈ ਐਰੋਪਲੇਨ ਬਣਾਏ ਗਏ ਨੇ ਜਹਾਜ਼ ਬਣਾਏ ਗਏ ਨੇ ਪੈਰਾਸ਼ੂਟ ਬਣਾਏ ਗਏ ਨੇ ਕੀ ਕੀ ਚੀਜ਼ਾਂ ਤੁਹਾਨੂੰ ਗਿਣਵਾ ਨਹੀਂ ਸਕਦੇ ਚੀਜ਼ਾਂ ਬਣਾਈਆਂ ਨੇ ਪਰ ਕਿਤਨਾ ਕਿਤੇ ਇਸ ਨੌਜਵਾਨ ਦੀ ਕਲਾ ਨੂੰ ਸਲਾਮ ਹੈ ਵੀ ਇਸ ਨੇ ਇਹ ਚੀਜ਼ ਬਣਾਈ ਹੈ ਤੇ ਲੋਕਾਂ ਅੱਗੇ ਰੂਬਰੂ ਕੀਤੀ ਹੈ ਵੀ ਸਭ ਤੋਂ ਵੱਡੀ ਗੱਲ ਇੱਕ ਮੈਸੇਜ ਇੱਕ ਸੰਦੇਸ਼ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨੂੰ ਇੱਥੋਂ ਮਿਲ ਆਪਣਾ ਕੀਮਤੀ ਸਮਾਂ ਜਿਹੜਾ ਕਿ ਹੈ ਉਹ ਕਿਤੇ ਨਾ ਕਿਤੇ ਫालतू ਦੀਆਂ ਖੇਡਾਂ ਗੇਮਾਂ ਮੋਬਾਈਲ ਤੇ ਲੱਗਣ ਨਾਲੋਂ ਛੋੜ ਕੇ ਕੁਝ ਸੋਚ ਬਣਾਈਏ ਆਪਣੀ ਜ਼ਿੰਦਗੀ ਦਾ ਇੱਕ ਏਮ ਬਣਾਈਏ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੌਜਵਾਨ ਨੂੰ ਜਾਂ ਆਪਣੇ ਆਪ ਨੂੰ ਲੋਕ ਕਿਸ ਲੋਕ ਜਿਹੜੇ ਕਿਆਂ ਕਿਵੇਂ ਤੁਹਾਨੂੰ ਯਾਦ ਕਰਨ ਕਿਸ ਚੀਜ਼ ਦੇ ਨਾਲ ਜਿਹੜਾ ਕਿ ਤੁਹਾਨੂੰ ਯਾਦ ਕੀਤਾ ਰਹੇ ਉਹ ਇਹੋ ਜੀ ਕੋਈ ਨਾ ਕੋਈ ਕ੍ਰੀਏਟੀਵਿਟੀ ਇਸ ਰਵੀ ਜੀ ਨੇ ਬਣਾਈਏ ਸੋ ਇਹਨਾਂ ਚੀਜ਼ਾਂ ਨੂੰ ਆਂਦੇ ਰਹਿੰਦੇ ਸਮੇਂ ਤੱਕ ਜਿਹੜਾ ਕਿ ਯਾਦ ਕੀਤਾ ਜਾਏਗਾ ਵੀ ਇਸ ਨੌਜਵਾਨ ਨੇ ਇਹ ਚੀਜ਼ਾਂ ਬਣਾਈਆਂ ਸੋ ਕਿਤੇ ਨਾ ਕਿਤੇ ਇੱਕ ਸਿੱਖ ਜ਼ਰੂਰ ਲੈਣੀ ਚਾਹੀਦੀ ਇਹਨਾਂ ਦੇ ਕੰਮਾਂ ਤੋਂ ਕੈਮਰਾਮੈਨ ਦੇ ਨਾਲ ਤਰਨ ਠੁਕਰਾਲ ਸਕਰੋਲ ਪੰਜਾਬ ਦੇ ਲਈ ਪਟਿਆਲ